ਪੁਲਿਸ ਪ੍ਰਸ਼ਾਸਨ ਰੋਕ ਰਿਹਾ। ਜਿਹੜੇ ਜਥੇਬੰਦਕ ਆਗੂ ਕਿਸਾਨ ਯੂਨੀਅਨ ਵਾਲੇ ਇੱਥੇ ਪਹੁੰਚ ਰਹੇ, ਤਸਵੀਰਾਂ ਤੁਹਾਨੂੰ ਬਾਡਬਰ ਟੋਲ ਪਲਾਜ਼ਾ ਯਾਨੀ ਕਿ ਬਰਨਾਲੇ ਤੋਂ ਸੰਗਰੂਰ ਹਾਈਵੇ 'ਤੇ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਇੱਥੇ ਪਹੁੰਚੇ ਨੇ। ਬਾਡਬਰ ਟੋਲ ਪਲਾਜ਼ਾ ਪੁਲਿਸ ਸੌਣੀ 'ਚ ਤਬਦੀਲ ਹੋ ਚੁੱਕਿਆ। ਅੱਗੇ ਜਾਵਾਂਗੇ, ਦੇਖੋ ਤਸਵੀਰਾਂ, ਪੁਲਿਸ ਪ੍ਰਸ਼ਾਸਨ ਰੋਕ ਰਿਹਾ ਡਰਾਈਵਰ ਨਾਲ, ਡਰਾਈਵਰ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਚੱਲ ਰਹੀ ਹੈ ਪਰ ਡਰਾਈਵਰ ਨੀਚੇ ਨਹੀਂ ਉਤਰ ਰਿਹਾ। ਦੇਖੋ ਦੇਖੋ ਕਿ ਪੁਲਿਸ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਗੱਡੀ ਅੱਗੇ ਵੱਧ ਚੁੱਕੀ ਆ, ਸੰਗਰੂਰ ਵੱਲ ਗੱਡੀ ਵੱਧ ਚੁੱਕੀ ਆ ਭਾਰਤੀ ਕਿਸਾਨ ਯੂਨੀਅਨ ਆਗੂਆਂ ਦੀ। ਅਸੀਂ ਉਹ ਸੰਘਰਸ਼ ਜਾਰੀ ਆ ਜਿਨ੍ਹਾਂ ਦੇ ਜਿਹੜੇ ਆਗੂ ਰਿਹਾ ਨਹੀਂ ਹੁੰਦੇ, ਉਹਨਾਂ ਦੇ ਰਹੀ ਸ਼ਾਂਤਮਈ ਧਰਨੇ ਦੇਵਾਂਗੇ। ਰੋਡ ਜਾਮ ਕਰਾਂਗੇ ਜੀ, ਸਾਡੀਆਂ ਕਹਾਂ ਨਹੀਂ ਜਾਣ ਦਿੰਦੇ, ਸੰਗਰੂਰ ਜਾਣ ਨਹੀਂ ਦਿੰਦੇ ਧਰਨੇ ਤੇ, ਅਸੀਂ ਸਾਰਾ ਰੋਡ ਜਾਮ ਕਰਾਂਗੇ। ਮੈਂ ਅਮਨਦੀਪ ਸਿੰਘ ਮਾਝਾ, 3 ਫਰਵਰੀ ਦੀ ਕਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਕਰਾਓ, ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਬਾਡਬਰ ਟੋਲ ਪਲਾਜ਼ਾ ਦੀਆਂ, ਜਿੱਥੇ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਰੋਕ ਰਿਹਾ। ਜਿਹੜੇ ਜਥੇਬੰਦਕ ਆਗੂ ਕਿਸਾਨ ਯੂਨੀਅਨ ਵਾਲੇ ਇੱਥੇ ਪਹੁੰਚ ਰਹੇ, ਤਸਵੀਰਾਂ ਤੁਹਾਨੂੰ ਬਾਡਬਰ ਟੋਲ ਪਲਾਜ਼ਾ ਯਾਨੀ ਕਿ ਬਰਨਾਲੇ ਤੋਂ ਸੰਗਰੂਰ ਹਾਈਵੇ 'ਤੇ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਇੱਥੇ ਪਹੁੰਚੇ ਨੇ। ਬਾਡਬਰ ਟੋਲ ਪਲਾਜ਼ਾ ਪੁਲਿਸ ਸੌਣੀ 'ਚ ਤਬਦੀਲ ਹੋ ਚੁੱਕਿਆ। ਪਹਿਲਾਂ ਵੀ ਇੱਕ ਗੱਡੀ ਚੈੱਕ ਕਰਕੇ ਲਗਾਤਾਰ ਸੰਗਰੂਰ ਵੱਲ ਭੇਜੀ ਜਾਂਦੀ ਸੀ, ਦੇਖੋ ਕਿਸ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਬੱਸ ਨੂੰ ਰੋਕਿਆ ਗਿਆ ਅਤੇ ਬੱਸ ਧੱਕੇ ਨਾਲ ਦੇਖੋ ਡਰਾਈਵਰ, ਪੁਲਿਸ ਵੱਲੋਂ ਡਰਾਈਵਰ ਨੂੰ ਨੀਚੇ ਉਤਾਰਿਆ ਜਾ ਰਿਹਾ। ਤਸਵੀਰਾਂ ਦੇਖੋ ਕਿ ਬੱਸ ਅੱਗੇ ਜਾ ਰਹੀ ਆ ਕਿ ਅਸੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਘੇਰਾਂਗੇ ਕੋਠੀ ਬਾਈ ਜੂਰੀ। ਹਾਂਜੀ, ਕਿੱਥੋਂ ਕਿਹੜੀ ਜਗ੍ਹਾ ਤੋਂ? ਅਸੀਂ ਸਾਈਡਾਂ ਤੋਂ ਆਏ ਸਾਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ। ਠੀਕ ਹੈ ਜੀ, ਕਿੰਨੀ ਕੁ ਜਗ੍ਹਾ ਰੋਕਿਆ ਗਿਆ ਤੁਹਾਨੂੰ? ਅੱਗੇ ਵੀ ਸਾਨੂੰ ਰਾਤ ਵੀ ਰੋਕਿਆ ਗਿਆ, ਇੱਥੋਂ ਟੂਲ ਟੈਕਸ ਤੇ ਰੋਕਿਆ ਗਿਆ। ਠੀਕ ਹੈ, ਕਿਉਂਕਿ ਪੁਲਿਸ ਸਾਡੇ ਨਾਲ ਧੱਕਾ ਕਰਦੀ ਆ। ਪਹਿਲਾਂ ਕਹਿੰਦੀ ਸੀ ਪੁਲਿਸ ਵੀ ਉਹਦੀ ਕੋਠੀ ਘੇਰ ਲਓ, ਰੋਡ ਕਿਉਂ ਘੇਰਦੇ ਹੋ? ਅੱਜ ਸਾਨੂੰ ਰੋਡ ਤੇ ਆਪਾਂ ਘੇਰਦੇ ਨੇ ਜਾਣ ਬੁੱਝ ਕੇ। ਪੁਲਿਸ ਪ੍ਰਸ਼ਾਸਨ ਰੋਕ ਰਿਹਾ ਕਿ ਡਰਾਈਵਰ ਨੂੰ ਲਾਹਾਂਗੇ, ਕਿਵੇਂ ਦਾ ਰਹਿਣ ਵਾਲਾ ਸਭ? ਤਸਵੀਰਾਂ ਦੇਖੋ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਬੱਸ ਨੂੰ ਰੋਕ ਰਿਹਾ ਕਿ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਨਹੀਂ ਜਾਣ ਦੇਵਾਂਗੇ। ਦੇਖੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੇ ਬੱਸ ਨੂੰ ਰੋਕਿਆ, ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਯੂਨੀਅਨ ਆਗੂ ਨੇ ਕਿ ਅੱਗੇ ਜਾਵਾਂਗੇ ਪਰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਹੈ। ਤਸਵੀਰਾਂ ਬਾਡਬਰ ਟੋਲ ਪਲਾਜ਼ਾ ਦੀਆਂ ਜਿੱਥੇ ਕਾਫੀ ਕਿਤੇ ਨਾ ਕਿਤੇ ਟਕਰਾਅਬਾਜ਼ੀ ਹੋਈ ਆ। ਤਸਵੀਰਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ CMCD ਵੱਡੇ ਪ੍ਰਦਰਸ਼ਨ ਦੀਆਂ, ਕਾਫੀ ਵੱਡੀ ਗਿਣਤੀ 'ਚ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਆ, ਜਿੱਥੇ ਪਿੱਛੇ ਤੋਂ ਭਾਰਤੀ ਕਿਸਾਨ ਯੂਨੀਅਨ ਆਗੂ ਪਹੁੰਚ ਰਹੇ ਨੇ। ਪਹਿਲਾਂ ਤਾਂ ਪੁਲਿਸ ਪੂਰੀ ਤਰ੍ਹਾਂ ਰੋਕਣ 'ਚ ਕਾਮਯਾਬ ਰਹੀ ਆ, ਕਿਉਂਕਿ ਸੰਗਰੂਰ ਦੀ ਗੱਲ ਕਰਾਂਗੇ, ਸੰਗਰੂਰ ਪੂਰੀ ਤਰ੍ਹਾਂ ਸੀਲ ਕੀਤਾ ਗਿਆ, ਆਲੇ ਦੁਆਲੇ ਨਾਕੇ ਹੀ ਨਾਕੇ ਜਿੱਥੇ ਕੋਈ ਵੀ ਅੱਗੇ ਨਹੀਂ ਵਧਣ ਦਿੱਤਾ। ਪਰ ਬਾਡਬਰ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਜਿੱਥੋਂ ਐਂਟਰੀ ਮਾਰੀ ਆ, ਕਿਉਂਕਿ ਲੱਖਾ ਸਿਧਾਣਾ ਵੀ ਲਾਈਵ ਹੋਇਆ, ਕਿਹਾ ਕਿ ਅਸੀਂ ਜਾਵਾਂਗੇ, ਅਸੀਂ ਆਪਣਾ ਪ੍ਰੋਟੈਸਟ ਫਲੋਪ ਨਹੀਂ ਹੋਣ ਦਿਆਂਗੇ। ਸੋ ਤਸਵੀਰਾਂ ਤੁਹਾਨੂੰ ਜਿੱਥੇ ਪੁਲਿਸ ਪ੍ਰਸ਼ਾਸਨ ਨਾਲ ਬਹਿਸ ਵੀ ਹੋ ਰਹੀ ਆ ਕਾਫੀ। ਬਾਈ ਜੂਰੀ ਮੌਜੂਦ ਨੇ, ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ? ਖਿਆਲੀ ਤੋਂ ਆਏ ਜੀ, ਖਿਆਲੀ ਤੋਂ। ਅੱਗੇ ਜਾਵਾਂਗੇ, ਦੇਖੋ ਤਸਵੀਰਾਂ, ਪੁਲਿਸ ਪ੍ਰਸ਼ਾਸਨ ਰੋਕ ਰਿਹਾ ਡਰਾਈਵਰ ਨਾਲ, ਡਰਾਈਵਰ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਚੱਲ ਰਹੀ ਆ ਪਰ ਡਰਾਈਵਰ ਨੀਚੇ ਨਹੀਂ ਉਤਰ ਰਿਹਾ। ਤਸਵੀਰਾਂ ਦੇਖੋ ਯੂਨੀਅਨ ਦੇ ਆਗੂ ਨੇ ਕਿ ਅੱਗੇ ਵਧਾਂਗੇ, ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਰੁਕੋ, ਇੱਥੇ ਤੁਹਾਨੂੰ ਰੁਕਣਾ ਪੈਣਾ।
ਹਾਂਜੀ ਬਾਈ ਜੀ, ਅੱਗੇ ਜਾਵੋਗੇ ਜੀ ਫਿਰ ਤੁਸੀਂ? ਹਾਂਜੀ ਠੀਕ ਹੈ, ਜਾਵਾਂਗੇ। ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ? ਪੁਲਿਸ ਪ੍ਰਸ਼ਾਸਨ ਦੀ ਆਪਦੀ ਮਰਜ਼ੀ ਆ ਜੀ, ਅਸੀਂ ਆਪਦਾ ਜ਼ੋਰ ਲਾਵਾਂਗੇ ਜਿੰਨਾ ਹੱਥੋਂ ਲੱਗਿਆ। ਠੀਕ ਹੈ, ਹੋਰ ਵੀ ਗੱਡੀਆਂ ਪਿੱਛੇ ਆ ਰਹੀਆਂ ਨੇ ਜਾਂ ਤੁਸੀਂ? ਬਹੁਤ ਵੱਡਾ ਕਾਫਲਾ, ਬਹੁਤ ਵੱਡਾ ਜਾਮ ਆ ਜੀ, ਬਹੁਤ ਵੱਡਾ। ਅੱਛਾ, ਕਿੱਥੇ ਕਾਫਲਾ? ਕਿੱਥੇ ਕਾ ਕਾਫਲਾ ਯਾਰ? ਪਿੱਛੇ ਘੱਟ ਤੋਂ ਘੱਟ 3 ਕਿਲੋਮੀਟਰ ਦੇ ਪਿੱਛੇ ਸਾਰਾ ਕਾਫਲਾ ਹੀ ਆ। ਠੀਕ ਹੈ, ਬਹੁਤ ਵੱਡਾ ਕਾਫਲਾ ਧਨੌਲੇ ਤੱਕ ਲੱਗਿਆ ਪਿਆ ਜੀ, ਧਨੌਲੇ ਤੱਕ ਜੀ। ਠੀਕ ਹੈ, ਭਾਨੇ ਸਿੱਧੂ ਤੇ ਪਿੰਡੋਂ ਵੀ ਆ ਰਹੇ ਨੇ ਫਿਰ? ਬਾਈ ਬਹੁਤ ਜ਼ਿਆਦਾ, ਉਧਰ ਪਿੰਡ ਉਹਦੇ ਕਿੰਨਾ ਘੱਟ ਸੀਗਾ। ਠੀਕ ਹੈ, ਸੋ ਤਸਵੀਰਾਂ ਬਡਬਰ ਟੋਲ ਪਲਾਜ਼ਾ ਦੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਪੁਲਿਸ ਪ੍ਰਸ਼ਾਸਨ ਘੇਰ ਰਿਹਾ ਕਿ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ, ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ, ਹੋਰ ਨੌਜਵਾਨ ਨੇ, ਭਾਨੇ ਸਿੱਧੂ ਦੇ ਕਿਤੇ ਨਾ ਕਿਤੇ ਪਿੰਡ ਤੋਂ ਵੀ ਆ ਰਹੇ ਨੇ ਕੋਟਕਪੂਰਾ ਤੋਂ। ਦੇਖੋ ਦੇਖੋ ਕਿ ਪੁਲਿਸ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਗੱਡੀ ਅੱਗੇ ਵੱਧ ਚੁੱਕੀ ਆ, ਸੰਗਰੂਰ ਵੱਲ ਗੱਡੀ ਵੱਧ ਚੁੱਕੀ ਆ ਭਾਰਤੀ ਕਿਸਾਨ ਯੂਨੀਅਨ ਆਗੂਆਂ ਦੀ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਇੱਕ ਗੱਡੀ ਅੱਗੇ ਚਲੀ ਗਈ ਆ। ਸੰਗਰੂਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਨੂੰ ਘੇਰ ਲਈ ਭਾਨਾ ਸਿੱਧੂ ਦੇ ਹਮਾਇਤੀ ਲਗਾਤਾਰ ਅੱਗੇ ਵੱਧ ਰਹੇ ਨੇ, ਬਡਬਰ ਟੋਲ ਪਲਾਜ਼ੇ ਤੇ ਮੌਜੂਦ ਆ, ਜਿੱਥੇ ਕੋਟ ਦੁੰਨਾ ਤੋਂ ਬਡਬਰ ਵਾਲੀ ਸੜਕ ਆ ਸੰਗਰੂਰ ਨੂੰ ਜਾਣ ਵਾਲੀ, ਜਿੱਥੇ ਬਹੁਤ ਆਗੂ ਪਹੁੰਚੇ ਨੇ, ਇੱਥੇ ਬੱਸ ਵੀ ਰੋਕੀ ਗਈ ਆ, ਬਾਈ ਜੀ ਹੋਰੀ ਮੌਜੂਦ ਨੇ। ਹਾਂਜੀ ਵੀਰ ਜੀ, ਕੀ ਨਾਮ ਆ ਜੀ ਆਪਣਾ? ਮੇਰਾ ਰੁਪਿੰਦਰ ਸਿੰਘ ਪਿੰਡਾ। ਅੱਛਾ ਰੁਪਿੰਦਰ ਜੀ, ਕਿਵੇਂ ਕੀ ਹਾਲਾਤ ਬਣੇ ਇੱਥੇ ਦੇ? ਸਾਡੇ ਆਗੂ ਗ੍ਰਿਫਤਾਰ ਹੋਈ ਆ ਜੀ, ਜਿਹੜੇ ਸਾਡੇ ਵਰਕਰ ਨੇ ਉਹ ਭਾਵਕ ਹੋਏ ਨੇ। ਅਸੀਂ ਉਹ ਸੰਘਰਸ਼ ਜਾਰੀ ਆ ਜਿਨ੍ਹਾਂ ਦੇ ਜਿਹੜੇ ਆਗੂ ਰਿਹਾਣੀ ਹੁੰਦੇ, ਉਹਨਾਂ ਦੇ ਰਹੀ ਸ਼ਾਂਤਮਈ ਧਰਨੇ ਦੇਵਾਂਗੇ, ਟੋਲ ਫ੍ਰੀ ਕਰਦਾ, ਉਹਨਾਂ ਦੇ ਰਹੀ ਬੈਠਾਂਗੇ। ਯਾਨੀ ਕਿ ਬਡਬਰ ਟੋਲ ਪਲਾਜ਼ਾ 'ਤੇ ਬੈਠੋਗੇ ਉਹਨਾਂ ਸਮਝੀ, ਉਹਨਾਂ ਦੇ ਬੈਠਾਂਗੇ? ਠੀਕ ਹੈ, ਜਿਹਨਾਂ ਦੇ ਆਗੂ ਰਿਹਾ ਹੋਣਗੇ ਫਿਰ ਅਸੀਂ ਅੱਗੇ ਜਾਵਾਂਗੇ। 5 ਮੈਂਬਰੀ ਸਾਡੀ ਕਮੇਟੀ ਬਣੀ ਆ, ਜੋ ਸਾਨੂੰ ਫੈਸਲਾ ਦੇਊਗੇ ਅਸੀਂ ਉਹ ਤੋਂ ਕਰਾਂਗੇ। ਠੀਕ ਹੈ, ਹੁਣ ਕਦੋਂ ਕੁ ਪਹੁੰਚੋ ਤੁਸੀਂ? ਕਿੰਨਾ ਕੁ ਟਾਈਮ ਹੁਣੇ ਪਹੁੰਚੋ? ਹਾਂਜੀ, ਸਾਨੂੰ ਹੋ ਗਿਆ 1.5 ਘੰਟਾ ਹੋ ਗਿਆ ਜੀ। ਠੀਕ ਹੈ, ਇੱਕ ਦੇਖਿਆ ਗਿਆ ਕਾਫੀ ਬੱਸ ਨੂੰ ਰੋਕਿਆ ਗਿਆ ਪਰ ਬੱਸ ਨਹੀਂ ਰੁਕੀ, ਉਸ ਤੋਂ ਬਾਅਦ ਅੱਗੇ ਇੱਕ ਸਕੋਰਪੀਓ ਗੱਡੀ ਨੂੰ ਰੋਕਿਆ ਗਿਆ, ਪੁਲਿਸ ਪ੍ਰਸ਼ਾਸਨ ਨੇ ਆਪਣੇ ਉਹ 'ਚ ਕਿਤੇ ਨਾ ਕਿਤੇ ਕਬਜ਼ੇ 'ਚ ਲੈ ਲਈ ਆ ਉਹ ਗੱਡੀ, ਕਿਵੇਂ ਦੇਖਦੇ ਹੋ? ਦੇਖੋ ਜੀ, ਹੱਲੜਬਾਜ਼ੀ ਕਰਨ ਵਾਲੇ ਵਿੱਚ ਹੁੰਦੇ ਨੇ ਲੋਕ ਜੀ, ਅਸੀਂ ਕਿਸੇ ਰਾਹਗੀਰ ਨੂੰ ਤੰਗ ਨਹੀਂ ਕਰਨਾ, ਨਾ ਸਾਡਾ ਇਹ ਏਜੰਡਾ, ਸਾਡਾ ਏਜੰਡਾ ਭਾਨੇ ਸਿੱਧੂ ਨੂੰ ਰਿਹਾਅ ਕਰਾਉਣਾ, ਰਾਹਗੀਰੀ ਨੂੰ ਕਿਸੇ ਨੂੰ ਟੋਲ ਫ੍ਰੀ ਕਰਤਾ। ਠੀਕ ਹੈ, ਜੇ ਕੋਈ ਦਿੱਕਤ ਆਉਂਦੀ ਆ ਅਸੀਂ ਆਪੇ ਉਹਦਾ ਹੱਲ ਕਰਦੇ ਹਾਂ, ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵੀ ਸਟੇਜ 'ਤੇ ਆ ਕੇ ਬੈਠੋ, ਵੀ ਸਾਡਾ ਰਾਹ ਰੋਕਣ ਦਾ ਕੋਈ ਮਕਸਦ ਨਹੀਂ। ਠੀਕ ਹੈ, ਪਰ ਬਾਈ ਜੀ, ਸਰਕਾਰ ਕਹਿੰਦੀ ਆ ਕਿ ਇੱਕ ਕਾਨੂੰਨੀ ਕਾਰਵਾਈ ਨਾਲ ਭਾਨਾ ਸਿੱਧੂ ਹੁਣ ਕਿਤੇ ਨਾ ਕਿਤੇ ਜ਼ਮਾਨਤ ਹੋਊਗੀ ਤਾਂ ਬਾਹਰ ਆ ਸਕਦਾ, ਵੀ ਧੱਕੇ ਸਾਹੀ ਲੋਕ ਕਰ ਰਹੇ ਨੇ ਜਿਹੜੇ ਪ੍ਰੋਟੈਸਟ ਪ੍ਰਦਰਸ਼ਨ ਕਰ ਰਹੇ ਨੇ ਵੱਡੇ। ਧਰਨੇ ਪ੍ਰਦਰਸ਼ਨ ਦੇ ਵਿੱਚੋਂ ਹੀ ਇਹ ਪਾਰਟੀ ਆ ਜਿਹੜੀ ਆਮ ਆਦਮੀ ਇਹ ਪੈਦਾ ਹੋਈ ਵੀ ਆ, ਇਹੀ ਹੁਣ ਉਹ ਡੈਮੋਕ੍ਰੈਟਿਕ ਰਾਈਟ ਤਰੀਕੇ ਨਾਲ ਜਿਹੜਾ ਹੈਗਾ ਧਰਨੇ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਇਹ ਰੋਕਦੀ ਆ। ਠੀਕ ਹੈ, ਜੋ ਸਾਰਾ ਸਰ ਗਲਤ ਆ ਇਹ ਅਸੀਂ ਨਹੀਂ ਚੱਲਣ ਦੇ ਮੰਗਦੇ। ਬਿਲਕੁਲ, ਭਾਨੇ ਸਿੱਧੂ ਦਾ ਪਿੰਡ ਵੀ ਨੇੜੇ ਆ ਕੋਟ ਦੁੰਨਾ, ਉੱਥੋਂ ਵੀ ਲੋਕ ਆ ਰਹੇ ਨੇ ਜਾਂ ਪਿੰਡ ਵਾਸੀ ਹੋਰ ਕਿੰਨੇ ਆ ਰਹੇ ਨੇ? ਸਾਰੇ ਪੰਜਾਬ ਤੋਂ ਹੀ ਲੋਕ ਆ ਰਹੇ ਨੇ, ਵੱਡਾ ਘੱਟ ਹੋਊਗਾ। ਮੁੱਖ ਮੰਤਰੀ ਦੀ ਕੋਠੀ ਨੂੰ ਅਸੀਂ ਘੇਰਾ ਪਾ ਕੇ ਉਹਨੂੰ ਮੰਗ ਪੱਤਰ ਦੇਵਾਂਗੇ। ਪਰ ਦੇਖਿਆ ਕਿ ਸੰਗਰੂਰ ਤਾਂ ਪੂਰਾ ਸੀਲ ਆ ਜੀ, ਆਲੇ ਦੁਆਲੇ ਨਾਕੀ ਨਾਕੇ, ਜਿਵੇਂ ਇੱਥੇ ਦੇਖਿਆ ਪੁਲਿਸ ਬਹੁਤ ਰੋਕ ਰਹੀ ਹੈ ਕਿ ਅੱਗੇ ਨਹੀਂ ਵਧਣ ਦੇਵਾਂਗੇ ਅਸੀਂ। ਸਾਨੂੰ ਦਿੱਲੀ ਦੇ ਬਰੂਹਾਂ 'ਤੇ ਵੀ ਇਵੇਂ ਹੋਇਆ ਸੀ, ਹਰਿਆਣਾ ਖੱਟਰ ਸਰਕਾਰ ਨੇ ਵੱਡੇ ਨਾਕੇ ਲਾਏ ਸੀ ਪਰ ਅਸੀਂ ਤੋੜ ਕੇ ਉੱਥੇ ਗਏ ਹਾਂ। ਠੀਕ ਹੈ, ਜਿਹੜਾ ਸਾਡਾ ਮਕਸਦ ਹੈ ਭਾਨੇ ਸਿੱਧੂ ਨੂੰ ਰਿਹਾਅ ਕਰਾਉਣਾ, ਸਾਡਾ ਕਿਸੇ ਨਾਲ ਬਹਿਸਣਾ ਜਾਂ ਕੋਈ ਤਕਰਾਰਬਾਜ਼ੀ ਕਰਨਾ ਨਹੀਂ। ਠੀਕ ਹੈ, ਯਾਨੀ ਕਿ ਹੁਣ ਜੇ ਅੱਗੇ ਨਹੀਂ ਵਧਣ ਦਿੰਦੇ ਤਾਂ ਤੁਸੀਂ ਇੱਥੇ ਪ੍ਰਦਰਸ਼ਨ ਕਰੋਗੇ? ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਬੈਠਣਾ ਸੀ ਉਹ ਇੱਥੇ ਬੈਠੋਗੇ? ਨਹੀਂ, ਜਿਹੜੇ ਸਾਡੇ ਆਗੂ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਜੀ, ਜਾਂਦੇ ਉਹ ਜਿਹਨੇ ਆਗੂ ਰਿਹਾ ਨਹੀਂ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਜਾਵਾਂਗੇ। ਠੀਕ ਹੈ, ਗ੍ਰਿਫਤਾਰ ਕਰਕੇ ਕਿੱਥੇ ਲੈ ਗਏ? ਕਿਤੇ ਦੂਰ ਵਾਲੀ ਕਮੇਟੀ ਨੂੰ ਪਤਾ ਜੀ, ਉਹ ਬੱਸ 'ਚ ਲੈ ਗਏ। ਠੀਕ ਹੈ, ਹਾਂਜੀ ਠੀਕ ਹੈ, ਬਿਲਕੁਲ ਜੀ। ਸੋ ਤਸਵੀਰਾਂ ਤੁਹਾਨੂੰ ਬਡਬਰ ਟੋਲ ਪਲਾਜ਼ਾ ਦੀਆਂ ਦਿਖਾਈਆਂ ਨੇ, ਆਗੂਆਂ ਨਾਲ ਗੱਲਬਾਤ ਵੀ ਕੀਤੀ ਆ, ਇੱਥੇ ਕਾਫੀ ਤਕਰਾਰ ਪੁਲਿਸ ਨਾਲ ਹੋ ਰਿਹਾ, ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਅੱਗੇ ਅਸੀਂ ਵਧਾਂਗੇ, ਅਸੀਂ ਜਾਵਾਂਗੇ, ਭਾਨੇ ਸਿੱਧੂ ਦੀ ਰਿਹਾਈ ਕਰਵਾਉਣੀ ਆ। ਪਰ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕਿ ਬਡਬਰ ਵੱਡਾ ਇਕੱਠ ਕਿਸਾਨ ਆਗੂਆਂ ਦਾ ਵੀ ਪਹੁੰਚ ਚੁੱਕਿਆ ਅਤੇ ਲਗਾਤਾਰ ਬਡਬਰ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ 'ਚ ਤੈਨਾਤ ਆ, ਇੱਥੇ ਅੱਗੇ ਨਹੀਂ ਵਧਣ ਦਿੰਦੇ ਕਿ ਸੰਗਰੂਰ ਵੱਲ ਨਹੀਂ ਤੁਹਾਨੂੰ ਜਾਣ ਦੇਵਾਂਗੇ। ਸੋ ਆਗੂ ਨੇ ਜਿਹੜੇ ਹੁਣ ਗੱਡੀਆਂ ਰੋਕਣ ਲੱਗੇ।
ਹਾਂਜੀ ਕੀ ਨਾਮ ਆ ਜੀ? ਕਿਰਿਆ ਸਿੰਘ ਗਾਂਧੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਜ਼ਿਲ੍ਹਾ ਸੀਨੀਅਰ ਮਿਤ ਪ੍ਰਧਾਨ ਬਰਨਾਲਾ। ਠੀਕ ਹੈ, ਇਹ ਕੀ ਕਰ ਰਹੇ ਹੋ ਤੁਸੀਂ? ਰੋਡ ਜਾਮ ਕਰਾਂਗੇ ਜੀ। ਅੱਛਾ, ਸਾਡੀਆਂ ਕਹਾਂ ਨਹੀਂ ਜਾਣ ਦਿੰਦੇ, ਜ਼ਰੂਰ ਜਾਣ ਨਹੀਂ ਦਿੰਦੇ ਧਰਨੇ ਤੇ, ਅਸੀਂ ਸਾਰਾ ਰੋਡ ਜਾਮ ਕਰਾਂਗੇ। ਧਰਨਾ ਜਾਨੀ ਕਿ ਸੀਐਮ ਦੀ ਕੋਠੀ ਅੱਗੇ ਜਾਣਾ ਹੀ ਜਾਣਾ, ਜੇ ਜਾਣ ਨਹੀਂ ਤਾਂ ਪ੍ਰਸ਼ਾਸਨ ਇੱਥੇ ਬੰਦ ਕਰਕੇ ਰੱਖਾਂਗੇ। ਠੀਕ ਹੈ, ਪਹਿਲਾਂ ਸਾਨੂੰ ਜਦੋਂ ਅਸੀਂ ਰੋਡ ਬੰਦ ਕਰਦੇ ਹੁੰਦੇ ਸੀਗੇ ਉਦੋਂ ਸੀਐਮ ਕਹਿੰਦਾ ਹੁੰਦਾ ਸੀ ਮੇਰੀ ਕੋਠੀ ਵਿਹਲੀ ਆ, ਉੱਥੇ ਆ ਜਾਓ, ਕੋਠੀਆਂ 'ਚ ਘੇਰ ਲਓ, ਐਮਐਲਏ ਘੇਰ ਲਓ। ਅੱਜ ਅਸੀਂ ਉਹਦੀ ਕੋਠੀ ਘੇਰਨ ਜਾਂਦੇ ਹਾਂ, ਅੱਜ ਸਾਨੂੰ ਰੋਡਾਂ ਦੇ ਉੱਤੇ ਘੇਰਿਆ ਜਾਂਦਾ। ਹੁਣ ਆ ਰੋਡ ਜਾਮ ਕਰਦੇ ਆ ਤਾਂ ਪੁਲਿਸ ਕਰਦੀ ਆ, ਅਸੀਂ ਤਾਂ ਉੱਥੇ ਸਾਤਵਾਂ ਹੀ ਜਾ ਕੇ ਧਰਨਾ ਆਪਦਾ ਪ੍ਰਸ਼ਾਸਨ ਕਰਨਾ ਗਾ ਵੀ ਸਾਡਾ ਭਾਈ ਜਿਹੜਾ ਭਾਨਾ ਸਿੱਧੂ ਭਾਈ ਫੜਿਆ ਵਾ ਉਹਨੂੰ ਛੱਡੋ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਹਮਾਇਤ ਆ, ਅਸੀਂ ਉਹਦੇ ਹਮਾਇਤ ਦੇ ਵਿੱਚ ਆਏ ਹੋਏ। ਪਰ ਸਰਕਾਰ ਕਹਿੰਦੀ ਜੀ ਵੀ ਕਾਨੂੰਨ ਵਿਵਸਥਾ ਨੂੰ ਅਸੀਂ ਸੈੱਟ ਰੱਖਣਾ, ਕਾਨੂੰਨ ਵਿਵਸਥਾ ਨਾਲ ਭਟਕ ਜੇ ਆਮ ਲੋਕਾਂ ਨੂੰ ਦਿੱਕਤ ਨਾ ਆਵੇ ਕੋਈ। ਜਿਹੜੇ ਉਹਦੇ ਪਰਚੇ ਪਾਏ ਨੇ ਉਹ ਜੇ ਉਹਦਾ ਕੋਈ ਜਿਹੜਾ ਕੋਈ ਮਤਲਬ ਵਿਰੋਧ ਸੀਗਾ ਉਹਦਾ ਉਹਦੇ ਪਾ ਦਿੰਦੇ, ਹੁਣ ਹਰ ਰੋਜ਼ ਹੀ ਪਾਈ ਜਾਂਦੇ ਆ। ਹੁਣ ਕੋਈ ਉਹ ਨਵੀਂ ਗੱਲ ਹੋ ਗਈ, ਪਹਿਲਾਂ ਜਿੱਦਾਂ ਦੀ ਉਹਨੇ ਚੈਨ ਚੋਰੀ ਕਰੀ ਸੀ ਜਾਂ ਕੁਛ ਵੀ ਕਰਿਆ ਸੀਗਾ ਉੱਦਾਂ ਦਾ ਪਰਚਾ ਪਾਉਂਦੇ, ਹੁਣ ਇੱਕ ਪਰਚਾ ਪਾ ਦਿੰਦੇ ਆ, ਦੂਜਾ ਫਿਰ ਪਾ ਦਿੰਦਾ, ਤੀਜਾ ਫਿਰ ਪਾ ਦਿੰਦੇ ਆ। ਲੋਕਾਂ ਨੂੰ ਜਾਣ ਬੁੱਝ ਕੇ ਸਰਕਾਰ ਭੜਕਾਉਂਦੀ ਆ, ਜਿਵੇਂ ਅੱਗੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਦਿਖਾਇਆ ਸੀ ਸਿੱਸਾ, ਜੇ ਸਰਕਾਰ ਨੇ ਨਾ ਕੁਛ ਕਰਿਆ ਤਾਂ ਇਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਜਿਵੇਂ ਸਿੱਸਾ ਦਿਖਾਵਾਂਗੇ। ਹੁਣ ਤੁਹਾਡੇ ਆਗੂ ਗ੍ਰਿਫਤਾਰ ਵੀ ਹੋਏ ਨੇ ਕੁਛ? ਹਾਂ, ਸਾਡਾ ਸਰਦਾਰ ਕੱਖ ਸਿੰਘ ਜੀ ਕੋਟ ਦਾ ਗ੍ਰਿਫਤਾਰ ਕਰੇ ਪਿਆ, ਸਾਡੇ ਰੋਡ ਵੀ ਜਾਮ ਕਰੇ ਪਿਆ ਪਿੱਛੇ। ਠੀਕ ਹੈ, ਜੇ ਅਸੀਂ ਹਮਾਇਤ ਜੀ ਸਾਡੀ ਬਰਨਾਲੇ ਜ਼ਿਲ੍ਹੇ ਬਣੀ ਅਸੀਂ ਇੱਥੇ ਪਹੁੰਚਾਂਗੇ, ਕਿਉਂਕਿ ਜੇ ਸਰਕਾਰ ਇਵੇਂ ਜਿਵੇਂ ਕਰੂਗੀ ਸਾਡੇ ਨਾਲ ਧੱਕਾ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਦੱਸਾਂਗੇ ਵੀ ਕਿਵੇਂ ਲੜਾਈ ਕਰੀ। ਹੁਣ ਇੱਥੇ ਦੀ ਕੀ ਪਲੈਨਿੰਗ ਰਹਿਣ ਵਾਲੀ ਹੈ, ਜਿਵੇਂ ਤੁਸੀਂ ਰੋਕ ਰਹੇ ਹੋ ਕਿ ਵਹੀਕਲ ਅੱਗੇ ਨਹੀਂ ਜਾਣ ਦਿੰਦੇ, ਆਲੇ ਦੁਆਲੇ ਜਾਣ ਨਹੀਂ ਦਿੰਦੇ? ਹੁਣ ਇੱਥੋਂ ਦੀ ਪਲੈਨਿੰਗ ਤਾਂ ਆਇਆ ਵੀ ਜੇ ਤਾਂ ਅਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਇੱਕ ਬੱਸ ਨਿਕਲ ਗਈ, ਬਈ ਜੇ ਨਹੀਂ ਸਾਨੂੰ ਇੱਥੋਂ ਜਾਣ ਦੇਣਗੇ ਤਾਂ ਅਸੀਂ ਇੱਥੇ ਰੋਡ 'ਤੇ ਬਹਿ ਕੇ ਹੀ ਪ੍ਰਦਰਸ਼ਨ ਕਰਾਂਗੇ, ਕਿਉਂਕਿ ਜਦੋਂ ਸਰਕਾਰ ਸਾਨੂੰ ਕਹਿੰਦੀ ਸੀ ਵੀ ਕੋਠੀਆਂ 'ਚ ਆ ਜਾਓ, ਇੱਧਰ ਵਗ ਜਾਓ, ਉੱਧਰ ਵਗ ਜਾਓ, ਹੁਣ ਉਹ ਸਰਕਾਰ ਸਾਨੂੰ ਜਦੋਂ ਜਾਣ ਨਹੀਂ ਦਿੰਦੀ, ਹੁਣ ਸਾਡਾ ਫਿਰ ਮਤਲਬ ਇਹ ਤਾਂ ਸਰਕਾਰ ਧੱਕਾ ਕਰਦੀ ਆ, ਰੋਡ 'ਤੇ ਬੈਠਣੀ ਸਾਡੀ ਮਜਬੂਰੀ ਆ, ਕੋਈ ਸ਼ੌਂਕ ਨਹੀਂ ਆ। ਬਿਲਕੁਲ ਜੀ, ਸੋ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਕਹਿ ਰਹੇ ਨੇ ਕਿ ਸਾਡੀ ਹਮਾਇਤ ਆ, ਭਾਨੂੰ ਸਿੱਧੂ ਦਾ ਜਿਹੜਾ ਪ੍ਰੋਟੈਸਟ ਆ ਪ੍ਰਦਰਸ਼ਨ ਕਰਨਾ ਅਤੇ ਅਸੀਂ ਅੱਗੇ ਵਧਾਂਗੇ, ਕਿਉਂਕਿ ਬਾਰਡਰ ਟੋਲ ਪਲਾਜ਼ਾ ਦੀਆਂ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾਈਆਂ ਜਾ ਰਹੀਆਂ ਨੇ ਕਿ ਇੱਥੇ ਜਿਹੜੇ ਆਗੂ ਨੇ ਉਹ ਪਹੁੰਚੇ, ਪੁਲਿਸ ਪ੍ਰਸ਼ਾਸਨ ਨੇ ਰੋਕਿਆ ਅਤੇ ਰੋਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਆਗੂਆਂ ਨੂੰ ਅਤੇ ਹੁਣ ਇਹਨਾਂ ਨੇ ਇੱਥੇ ਹੀ ਧਰਨਾ ਪ੍ਰਦਰਸ਼ਨ ਲਗਾ ਦਿੱਤਾ ਹੈ। ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਤਾਂ ਇੱਥੇ ਬੈਠ ਚੁੱਕੇ ਨੇ ਕਿ ਅਸੀਂ ਬਾਰਡਰ ਟੋਲ ਪਲਾਜ਼ੇ 'ਤੇ ਹੀ ਉਹ ਪ੍ਰਦਰਸ਼ਨ ਕਰਾਂਗੇ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਕਰਨਾ। ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚ ਰਿਹਾ, ਗੱਲਬਾਤ ਕਰ ਰਹੇ ਨੇ। ਸੋ ਲਗਾਤਾਰ ਤੁਹਾਨੂੰ ਸੈਂਟਰਲ ਪੰਜਾਬ ਟੀਵੀ 'ਤੇ ਪਲ ਪਲ ਦੀ ਅਪਡੇਟ ਦੇ ਰਹੇ ਹਾਂ। ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ, ਸੰਗਰੂਰ।